ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਸੰਗ ਜੀ, ਅਸੀਂ ਬੱਚਿਆਂ ਵਾਸਤੇ ਇੱਕ ਹੋਰ ਸ਼ਬਦ ਦੇਖਦੇ ਹਾਂ ਜਿਹੜਾ ਕਿ ਬਹੁਤ ਹੀ ਜ਼ਿਆਦਾ ਸਰਲ ਕਹਿ ਸਕਦੇ ਹਾਂ, ਅਤੇ ਇਸਨੂੰ ਸੁਰਾਂ ਵੀ ਸਿਰਫ ਚਾਰ ਸੁਰਾਂ ਹੀ ਯੂਜ਼ ਕੀਤੀਆਂ ਹਨ। ਅਤੇ ਆਓ ਕਰੋ ਕਿਰਪਾ ਸਤਿਸੰਗ ਜੀ, ਨਾਲੇ ਗਾਇਨ ਕਰ ਕਰਕੇ ਆਪ ਨੂੰ ਇਸ ਦੀਆਂ ਨਾਲ ਸੁਰਾਂ ਵੀ ਦੇਖਾਂਗੇ। ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਦੇਖੋ ਜੀ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਫਿਰ ਇੱਕ ਵਾਰ ਦੇਖ ਲਓ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਠੀਕ ਹੈ ਜੀ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਇਸ ਨੂੰ ਬੋਲ ਕੇ ਫਿਰ, ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇਰਾ ਦਰਸ਼ਨ ਪਾਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇਰਾ ਦਰਸ਼ਨ ਪਾਇਆ, ਜਬ ਤੇਰਾ ਦਰਸ਼ਨ ਪਾਇਆ। ਠੀਕ ਹੈ ਜੀ, ਫਿਰ ਗਾ ਕੇ ਦੇਖ ਦਿਓ, ਉਤਰ ਗਇਓ ਮੇਰੇ ਮਨ ਕਾ ਸੰਸਾ ਜਬ ਤੇਰਾ ਦਰਸ਼ਨ ਪਾਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਫਿਰ ਉਸ ਤੋਂ ਬਾਅਦ ਅਗਲੀ ਪੰਕਤੀ ਹੈ, ਅਨਬੋਲਤ ਮੇਰੀ ਬਿਰਥਾ ਜਾਨੀ, ਅਨਬੋਲਤ ਮੇਰੀ ਬਿਰਥਾ ਜਾਨੀ, ਅਨਬੋਲਤ ਮੇਰੀ ਬਿਰਥਾ ਜਾਨੀ। ਠੀਕ ਹੈ ਜੀ, ਇਸ ਨੂੰ ਫਿਰ ਦੇਖ ਲਓ, ਅਨਬੋਲਤ ਮੇਰੀ ਬਿਰਥਾ ਜਾਨੀ, ਅਨਬੋਲਤ ਮੇਰੀ ਬਿਰਥਾ ਜਾਨੀ। ਫਿਰ ਅਗਲਾ, ਆਪਣਾ ਨਾਮ ਜਪਾਇਆ, ਆਪਣਾ ਨਾਮ ਜਪਾਇਆ, ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ। ਇਹਨੂੰ ਦੋ ਦੋ ਵਾਰੀ ਆਪਨੇ ਬੋਲਣਾ ਹੈ, ਇੱਦਾਂ, ਅਨਬੋਲਤ ਮੇਰੀ ਬਿਰਥਾ ਜਾਨੀ, ਅਨਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਆਪਣਾ ਨਾਮ ਜਪਾਇਆ। ਫਿਰ ਅਗਲੀ ਪੰਕਤੀ ਸੇਮ ਇੱਦਾਂ ਹੀ, ਦੁੱਖ ਨਾ ਠੇ ਸੁੱਖ ਸਹਿਜ ਸਮਾਏ, ਦੁੱਖ ਨਾ ਠੇ ਸੁੱਖ ਸਹਿਜ ਸਮਾਏ, ਦੁੱਖ ਨਾ ਠੇ ਸੁੱਖ ਸਹਿਜ ਸਮਾਏ। ਠੀਕ ਹੈ, ਅਨੰਦ ਅਨੰਦ ਗੁਣ ਗਾਇਆ, ਅਨੰਦ ਅਨੰਦ ਗੁਣ ਗਾਇਆ, ਅਨੰਦ ਅਨੰਦ ਗੁਣ, ਗੁਣ ਇੱਥੇ ਹੋ ਜਾਏਗਾ ਗਾਇਆ, ਇੱਥੇ ਸਿਰਫ ਅਨੰਦ ਅਨੰਦ ਗੁਣ ਗਾਇਆ, ਦੁੱਖ ਨਾ ਠੇ ਸੁੱਖ ਸਹਿਜ ਸਮਾਏ, ਦੁੱਖ ਨਾ ਠੇ ਸੁੱਖ ਸਹਿਜ ਸਮਾਏ, ਅਨੰਦ ਅਨੰਦ ਗੁਣ ਗਾਇਆ, ਅਨੰਦ ਅਨੰਦ ਗੁਣ ਗਾਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ। ਹੁਣ ਅਗਲੀ ਪੰਕਤੀ ਬਿਲਕੁਲ ਸੇਮ ਹੀ ਸੁਰਾਂ 'ਤੇ ਆਪਣੇ ਸਿਰਫ ਗਾਇਨ ਕਰਕੇ ਦਿਖਾ ਦਿੰਦੇ ਹਾਂ। ਬਾਹ ਪਕੜ ਕੱਢ ਲੀਨੇ ਆਪਣੇ, ਬਾਹ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ, ਗ੍ਰਹਿ ਅੰਧਕੂਪ ਤੇ ਮਾਇਆ। ਚਾਹੀਦਾ ਤੇ ਪੂਰੀ ਪੰਕਤੀ ਪੜ੍ਹ ਕੇ ਦੋ ਵਾਰੀ ਪੜ੍ਹ ਲਓ, ਜਿੱਦਾਂ, ਬਾਹ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ, ਬਾਹ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧਕੂਪ ਤੇ ਮਾਇਆ। ਆਪਦੀ ਮਰਜ਼ੀ ਹੈ, ਜਿੱਦਾਂ ਆਪ ਨੂੰ ਠੀਕ ਲੱਗੇ। ਕਹੋ ਨਾਨਕ ਗੁਰ ਬੰਧਨ ਕਾਟੇ ਬਿਛੜ ਧਿਆਨ ਮਿਲਾਇਆ, ਕਹੋ ਨਾਨਕ ਗੁਰ ਬੰਧਨ ਕਾਟੇ ਬਿਛੜਤ ਆਨ ਮਿਲਾਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ ਠਾਕੁਰ ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ। ਇੱਦਾਂ ਤਿੰਨ ਵਾਰੀ ਬੋਲ ਕੇ ਆਹ ਦੇਖ ਲਓ, ਤੁਮ ਸਰ ਨਾਹੀ ਆਇਆ, ਤੁਮ ਸਰ ਨਾਹੀ ਆਇਆ, ਦੇਖੋ, ਤੁਮ ਸਰ ਨਾਹੀ ਆਇਆ। ਇਹਦਾ ਤਿੰਨ ਵਾਰੀ ਬੋਲਣਾ, ਤੁਮ ਸਰ ਨਾਹੀ ਆਇਆ, ਤੁਮ
शरनाई आया, तुम शरनाई आया। वाहेगुरु जी का खालसा, वाहेगुरु जी की फतेह। तो इस तरह छोटे बच्चे बहुत ही आसानी नाल ये शब्द पढ़ सकते हैं, जिन्ह ने कभी भी नहीं हारमोनीयम नूं हाथ लाया वह भी इस शब्द नूं मीनस 5-7 मिनटां विच जां 10 मिनट च कवर कर लेंगे आराम नाल, क्योंकि इत्थे दास दे कोल इत्थे बच्चे हन जिहड़े हजे बिल्कुल उन्होंने कुछ नहीं उन्होंने पता, लेकिन उन्होंने की है कि बहुत जल्दी जल्दी सब कुछ होना चाहिए। तो फिर इदां दे शब्द उन्होंने दे दिए तो बहुत वधिया ताल दे नाल कर लैंदे हो, तो जिस तरह उन्होंने फिर अगे थोड़ा जिहा होर वड्डे होणगे तो उन्होंने गुरमत क्लासा अपना जिहड़े क्लासीकल दी क्लासिस पा के तो उन्हां कोलों उन्होंने थोड़ा इंट्रस्ट भी आ जाएगा नाल दे, तो हिम्मत भी आ जाएगी असीं पढ़ सकते। इत्थे आ गया बख्शो जी सतसंग जी, देव सज्जन सीसड़ियां जो है साहब सिंह मेल। वाहिगुरू जी का खालसा, वाहिगुरू जी की फतेह।